ਇਸ ਗੰਦ ਦੇ ਵਿੱਚ ਸੌਂਦੇ ਨੇ ਸਾਡੇ 7 ਪੰਜਾਬੀ ਤੇ ਇੱਕ ਕੁੜੀ। ਆਹ ਅਸਲੀਅਤ ਆ, ਇੱਥੇ ਟੈਂਟ ਲਾ ਕੇ ਆ, ਇਹਨਾਂ ਦਾ ਸਮਾਨ ਪਿਆ। ਦੋਸਤੋ ਮਾਂ ਬਾਪ ਆਪਣੇ ਬੱਚਿਆਂ ਦੇ ਲੱਖਾਂ ਰੁਪਏ ਖਰਚ ਕੇ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਭੇਜ ਦਿੰਦੇ ਨੇ, ਪਰ ਬਾਹਰ ਜਾ ਕੇ ਉਹਨਾਂ ਦੇ ਕੀ ਹਾਲਾਤ ਬਣਦੇ ਨੇ ਤੁਸੀਂ ਆਹ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਜਦੋਂ ਉਹਨਾਂ ਨੂੰ ਬਾਹਰ ਕੰਮ ਨਹੀਂ ਮਿਲਦਾ ਤਾਂ ਉਹ ਮਜਬੂਰੀ ਦੇ ਵਿੱਚ ਆ ਕੇ ਉਹਨਾਂ ਨੂੰ ਟੈਂਟਾਂ ਦੇ ਵਿੱਚ ਰਹਿਣਾ ਪੈਂਦੇ। ਉੱਥੇ ਇਹ ਵੀਡੀਓ ਜਿੱਥੇ 7 ਮੁੰਡੇ ਅਤੇ 1 ਕੁੜੀ ਇਸ ਗੰਦੇ ਟੈਂਟ ਦੇ ਵਿੱਚ ਰਹਿ ਰਹੇ ਨੇ, ਦੋਸਤੋ ਤੁਹਾਨੂੰ ਵੀ ਦਿਖਾਉਣੇ ਇਸ ਪੂਰੀ ਵੀਡੀਓ ਨੂੰ, ਜਿਸ ਨੇ ਸਾਰੇ ਹੀ ਪੰਜਾਬੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਹੈਗਾ ਕੋਈ ਇਸ ਗੰਦ ਦੇ ਵਿੱਚ ਸੌਂਦੇ ਨੇ ਸਾਡੇ 7 ਪੰਜਾਬੀ ਤੇ 1 ਕੁੜੀ। ਆਹ ਅਸਲੀਅਤ ਆ, ਇੱਥੇ ਟੈਂਟ ਲਾ ਕੇ ਆ, ਇਹਨਾਂ ਦਾ ਸਮਾਨ ਪਿਆ। ਇੱਥੇ ਬਣੀ ਹੋਈ ਆ ਲਾਇਬ੍ਰੇਰੀ। ਮੈਂ ਰੋਟੀ ਪਾਣੀ ਪੁੱਛਣ ਆਇਆ ਸੀ ਇਹਨਾਂ ਨੂੰ, ਕਹਿੰਦਾ ਮੈਂ ਚੱਲਿਆ। ਆਹ ਇਹਨਾਂ ਦਾ ਸਮਾਨ, ਇੱਥੇ ਸੌਂਦੇ ਨੇ। 1 ਕੁੜੀ ਵੀ ਇਹਨਾਂ ਦੇ ਵਿੱਚ, ਸਾਰੇ ਪੰਜਾਬੀ ਨੇ ਸਾਰੇ। ਸਰਦਾਰ ਸੀਗਾ, ਸਾਈਕਲ ਖੜ੍ਹਾ ਇਹਨਾਂ ਦਾ। ਅਤੇ ਇਹਨਾਂ ਵਾਰੀ ਨਿਗਾਹ ਸ਼ਾਇਦ ਕਿਸੇ ਦੀ ਵੱਜੀ ਨਹੀਂ, ਮੈਨੂੰ ਕਿਸੇ ਨੇ ਕਿਹਾ ਸੀ ਕਿ ਉੱਥੇ ਹੈਗੇ ਨੇ ਆਪਣੇ ਵੀਰ 7 ਜਣੇ ਨੇ, ਨਾਲ ਕੁੜੀ ਰਹਿੰਦੀ ਇਹਨਾਂ ਦੇ 1। ਸੋ ਮੈਂ ਆਇਆ, ਇਹ ਛੋਟਾ ਜਿਹਾ ਜਿਹੜਾ ਬਣਿਆ ਸਾਹਮਣੇ ਲਾਇਬ੍ਰੇਰੀ ਬਣੀ ਆ ਬਹੁਤ ਸੋਹਣੀ, ਅਤੇ ਮੈਂ ਉਹਨੂੰ ਖੜਾ ਕੇ ਪੁੱਛਿਆ, ਮੈਂ ਕਿਹਾ ਬਾਈ ਹੈਲਪ ਕੋਈ ਰੋਟੀ ਪਾਣੀ, ਕਹਿੰਦਾ ਨਹੀਂ ਮੈਂ ਚੱਲਿਆ। ਅਤੇ ਆਹ ਅਸਲੀਅਤ ਆ ਮਿੱਤਰੋ, ਪਤਾ ਨਹੀਂ ਕਿੰਨੇ ਕਿੰਨੇ ਇਹੋ ਜਿਹੇ ਬ੍ਰੈਂਪਟਨ ਦੇ ਵਿੱਚ ਸੈਂਡਲਵੁੱਡ ਐਂਡ ਬ੍ਰਹਮਲੀ ਵਾਲਾ ਜਿਹੜਾ ਫਰੈਸ਼ਕੋ ਵਾਲਾ ਪਲਾਜ਼ਾ। ਹਾਂਜੀ ਦੋਸਤੋ, ਤੁਸੀਂ ਦੇਖ ਹੀ ਲਿਆ ਹੁਣ ਕਿਵੇਂ ਕੈਨੇਡਾ ਦੇ ਵਿੱਚ ਪੰਜਾਬੀ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ। ਜੋ ਚੰਗੇ ਘਰਾਂ ਦੇ ਬੱਚੇ ਆਪਣਾ ਚੰਗਾ ਭਵਿੱਖ ਲੈ ਕੇ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਨੇ, ਉੱਥੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੈਨੇਡਾ ਦੇ ਮਾੜੇ ਹਾਲਾਤ। ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ, ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਇਜਾਜ਼ਤ, ਰੱਬ ਰੱਖਾ।